ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ। ਇੱਕ ਅਕਾਲੀ ਦਲ ਦੇ ਆਗੂ ਦੇ ਵੱਲੋਂ ਆਪਣੀ ਮਾਂ, ਬੇਟੀ ਤੇ ਪਾਲਤੂ ਕੁੱਤੇ ਦਾ ਕਤਲ ਕੀਤਾ ਗਿਆ, ਫਿਰ ਖੁਦ ਨੂੰ ਗੋਲੀ ਮਾਰੀ ਗਈ। ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਇਹ ਵਾਰਦਾਤ ਕੀਤੀ ਗਈ। ਬਰਨਾਲਾ ਦੇ ਵਿੱਚ ਇਹ ਵਾਰਦਾਤ ਹੋਈ ਹੈ। ਅਕਾਲੀ ਦਲ ਦਾ ਇਹ ਲੀਡਰ ਦੱਸਿਆ ਜਾ ਰਿਹਾ, ਜਿਸਨੇ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ, ਫਿਰ ਧੀ ਦਾ, ਫਿਰ ਪਾਲਤੂ ਕੁੱਤੇ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕੀਤਾ। ਬਰਨਾਲਾ ਦੇ ਸੰਘੇੜਾ ਰੋਡ ਠਿਕਰੀਵਾਲਾ ਚੌਂਕ ਦੇ ਨਜ਼ਦੀਕ ਬਣੀ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਦੇ ਵਿੱਚ ਇਹ ਵਾਰਦਾਤ ਕੀਤੀ ਗਈ ਹੈ। ਘਰ ਦੇ ਵਿੱਚ 4 ਲਾਸ਼ਾਂ ਪਈਆਂ ਨੇ। ਦੱਸ ਦਈਏ ਕਿ ਇਸ ਅਕਾਲੀ ਦਲ ਦੀ ਧੀ ਕੈਨੇਡਾ ਤੋਂ ਛੁੱਟੀਆਂ ਕਰਕੇ ਪੰਜਾਬ ਆਪਣੇ ਘਰ ਆਈ ਹੋਈ ਸੀ। ਇਸ ਅਕਾਲੀ ਦਲ ਦੇ ਆਗੂ ਦਾ ਨਾਮ ਕੁਲਵੀਰ ਸਿੰਘ ਹੈ, ਧੀ ਦਾ ਨਾਮ ਨਿਰਮਤ ਕੌਰ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਆਖਿਰਕਾਰ ਇਹ ਵਾਰਦਾਤ ਕਿਉਂ ਕੀਤੀ, ਇਸ ਬਾਰੇ ਪਤਾ ਕੀਤਾ ਜਾ ਰਿਹਾ। ਪਰ ਬਰਨਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਅਕਾਲੀ ਦਲ ਦਾ ਇਹ ਲੀਡਰ ਕੁਲਬੀਰ ਮਾਨ ਦੱਸਿਆ ਜਾ ਰਿਹਾ, ਜਿਸ ਨੇ ਪਹਿਲਾਂ ਆਪਣੀ ਲਾਇਸੈਂਸੀ ਪਿਸਤੌਲ ਦੇ ਨਾਲ ਮਾਂ ਦਾ ਕਤਲ ਕੀਤਾ, ਫਿਰ ਆਪਣੀ ਧੀ ਦਾ, ਫਿਰ ਆਖਿਰਕਾਰ ਪਾਲਤੂ ਕੁੱਤੇ ਦੇ ਵੀ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਮੌਕੇ 'ਤੇ ਪੁਲਿਸ ਦੇ ਅਧਿਕਾਰੀ ਮੌਜੂਦ ਨੇ, ਆਂਢ ਗੁਆਂਢ ਦੇ ਲੋਕ ਪੁੱਜੇ ਹੋਏ ਨੇ। ਦੱਸ ਦਈਏ ਕਿ ਆਲੀਸ਼ਾਨ ਘਰ ਦੇ ਵਿੱਚ ਇਹ ਵਾਰਦਾਤ ਕੀਤੀ ਗਈ ਹੈ। ਬਰਨਾਲਾ ਦੇ ਸੰਘੇੜਾ ਰੋਡ ਠਿਕਰੀਵਾਲਾ ਚੌਂਕ ਦੇ ਨਜ਼ਦੀਕ ਬਣੀ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 53 ਦੇ ਵਿੱਚ ਇਹ ਵਾਰਦਾਤ ਹੋਈ ਹੈ। ਇਸ ਅਕਾਲੀ ਦਲ ਦੇ ਆਗੂ ਦਾ ਨਾਮ ਕੁਲਵੀਰ ਮਾਨ ਹੈ, ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੀ ਧੀ ਦਾ ਵੀ ਕਤਲ ਕੀਤਾ ਗਿਆ। ਇਸ ਦੀ ਧੀ ਕੈਨੇਡਾ ਤੋਂ ਆਈ ਸੀ ਛੁੱਟੀਆਂ ਕਰਕੇ ਪੰਜਾਬ, ਉਸ ਨੂੰ ਵੀ ਇਸਨੇ ਮਾਰ ਦਿੱਤਾ। ਤਾਂ ਵੱਖ ਵੱਖ ਟੀਮਾਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਤਾਂ ਬਰਨਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਕੁਲਬੀਰ ਮਾਨ ਇੱਕ ਨਾਮੀ ਚਿਹਰਾ ਸ਼ਹਿਰ ਦਾ, ਬਰਨਾਲੇ ਦਾ, ਜਿਸ ਦੇ ਵੱਲੋਂ ਆਪਣੀ ਆਲੀਸ਼ਾਨ ਕੋਠੀ ਦੇ ਵਿੱਚ, ਘਰ ਦੇ ਵਿੱਚ ਇਹ ਕਤਲ ਕੀਤੇ ਗਏ ਨੇ। ਪਹਿਲਾਂ ਆਪਣੀ ਮਾਂ, ਬਜ਼ੁਰਗ ਸੀ, ਉਸ ਦਾ ਕਤਲ ਕੀਤਾ, ਫਿਰ ਧੀ ਜੋ ਕੈਨੇਡਾ ਤੋਂ ਆਈ ਸੀ, ਫਿਰ ਪਾਲਤੂ ਕੁੱਤੇ ਦੇ ਗੋਲੀ ਮਾਰੀ, ਜਿਸ ਤੋਂ ਬਾਅਦ ਇਸਨੇ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਆਪਣੀ ਲਾਇਸੈਂਸੀ ਪਿਸਤੌਲ ਦੇ ਨਾਲ ਇਸਨੇ ਵਾਰਦਾਤ ਕੀਤੀ ਹੈ। ਅਕਾਲੀ ਦਲ ਦਾ ਇੱਕ ਨਾਮੀ ਚਿਹਰਾ ਕੁਲਬੀਰ ਮਾਨ, ਜਿਸ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ, ਫਿਰ ਖੁਦ ਨੂੰ ਖਤਮ ਕੀਤਾ ਗਿਆ। ਬਰਨਾਲਾ ਦੀ ਪੌਸ਼ ਕਲੋਨੀ ਹੈ ਜਿਸ ਦੇ ਵਿੱਚ ਇਹ ਵਾਰਦਾਤ ਹੋਈ ਹੈ। ਤਾਂ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤਾਂ ਪੁਲਿਸ ਦੇ ਵੱਲੋਂ ਵੱਖ ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅਜਿਹੇ ਕੀ ਕਾਰਨ ਬਣੇ ਨੇ ਜਿਨ੍ਹਾਂ ਦੇ ਕਰਕੇ ਇਸ ਲੀਡਰ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ, ਕਿਉਂ ਆਪਣੀ ਮਾਂ ਨੂੰ, ਧੀ ਨੂੰ ਅਤੇ ਪਾਲਤੂ ਕੁੱਤੇ ਨੂੰ ਮਾਰਿਆ, ਇਹ ਪੁਲਿਸ ਪਤਾ ਕਰਨ ਦੇ ਵਿੱਚ ਜੁਟੀ ਹੋਈ ਹੈ। ਔਰ ਦੂਜੇ ਬੰਨੇ ਫੋਰੈਂਸਿਕ ਟੀਮਾਂ ਵੀ ਮੌਕੇ 'ਤੇ ਮੌਜੂਦ ਨੇ। ਹਰ ਇੱਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਂਢ ਗੁਆਂਢ ਸਕੇ ਸੰਬੰਧੀ ਇਸ ਆਲੀਸ਼ਾਨ ਘਰ ਦੇ ਵਿੱਚ ਮੌਜੂਦ ਨੇ। 4 ਲਾਸ਼ਾਂ ਇੱਥੇ ਪਈਆਂ ਹੋਈਆਂ ਨੇ। ਇੱਕ ਅਕਾਲੀ ਦਲ ਦਾ ਲੀਡਰ ਜਿਸ ਦਾ ਨਾਮ ਕੁਲਬੀਰ ਮਾਨ ਹੈ, ਉਸਨੇ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ, ਫਿਰ ਆਪਣੀ ਧੀ ਦਾ ਕਤਲ ਕੀਤਾ, ਫਿਰ ਪਾਲਤੂ ਕੁੱਤੇ ਦੇ ਗੋਲੀ ਮਾਰੀ। ਤਾਂ ਆਖਿਰਕਾਰ ਇਹਨਾਂ ਤਿੰਨਾਂ ਜਾਣਿਆਂ ਨੂੰ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਲਾਇਸੈਂਸੀ ਪਿਸਤੌਲ ਪੁਲਿਸ ਨੂੰ ਬਰਾਮਦ ਹੋਈ ਹੈ। ਬਰਨਾਲਾ ਦੀ ਇਹ ਪੌਸ਼ ਕਲੋਨੀ ਹੈ, ਸੰਘੇੜਾ ਰੋਡ ਠਿਕਰੀਵਾਲਾ ਚੌਂਕ ਦੇ ਨਜ਼ਦੀਕ ਬਣੀ ਰਾਮ ਰਾਜ ਕਲੋਨੀ ਕੋਠੀ ਨੰਬਰ 353, ਜਿੱਥੇ ਇਹ ਵਾਰਦਾਤ ਹੋਈ ਹੈ। ਅਕਾਲੀ ਦਲ ਦਾ ਇਹ ਇੱਕ ਨਾਮੀ ਚਿਹਰਾ ਸ਼ਹਿਰ ਦੇ ਵਿੱਚ ਚੰਗਾ ਨਾਮ ਸੀ। ਇਸ ਦੀ ਕੁੜੀ ਕੈਨੇਡਾ ਤੋਂ ਛੁੱਟੀਆਂ ਕਰਕੇ ਪੰਜਾਬ ਆਪਣੇ ਘਰ ਇਸੇ ਘਰ ਆਈ ਹੋਈ ਸੀ।
ਉਸ ਦਾ ਵੀ ਇਸ ਲੀਡਰ ਦੇ ਵੱਲੋਂ ਕਤਲ ਕੀਤਾ ਗਿਆ। ਇਸ ਦਾ ਨਾਮ ਕੁਲਬੀਰ ਮਾਨ ਹੈ, ਧੀ ਦਾ ਨਾਮ ਨਿਮਰਤ ਕੌਰ ਹੈ ਅਤੇ ਮਾਤਾ ਦਾ ਨਾਮ ਬਲਵੰਤ ਕੌਰ, ਜਿਸ ਦਾ ਇਸਨੇ ਕਤਲ ਕੀਤਾ ਔਰ ਘਰ ਦੇ ਵਿੱਚ ਰੱਖਿਆ ਪਾਲਤੂ ਕੁੱਤਾ ਵੀ ਇਸਨੇ ਮਾਰ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਵੱਖ ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।